ਆਪਦੇ ਗਨਮੈਨ ਨੂੰ ਲੈ ਕੇ ਮੁਲਜ਼ਮ ਟਰੈਕਟਰ ਲੈ ਕੇ ਉਹਦੇ ਘਰੇ ਜਾ ਰਿਹਾ ਹੈ। ਗਵਾਂਡ ਦੇ ਨਾਲ ਕੈਮਰੇ ਲੱਗੇ ਹੋਏ ਸੀ, ਉਹਨਾਂ ਨੂੰ ਪਤਾ ਨਹੀਂ ਸੀ ਦੋਸ਼ੀਆਂ ਨੂੰ। ਪੰਜਾਬ ਬਠਿੰਡਾ ਪੁਲਿਸ ਖੁਦ ਜਿਹੜੀ ਆ ਉਹ ਬੇਅਦਬੀ ਕਰਾਉਣਾ ਚਾਹੁੰਦੀ ਸੀ। ਇਹਨਾਂ ਦੀ ਇਨਵੋਲਵਮੈਂਟ ਹੈ ਗੁਰਦੁਆਰੇ ਦੀ ਬੇਅਦਬੀ ਕਰਾਉਣ ਦੇ ਵਿੱਚ ਇਹਨਾਂ ਬੰਦਿਆਂ ਦੀ। ਜੋ ਸੁਖਬੀਰ ਬਾਦਲ ਨੇ ਚਾਲਾ ਚੱਲ ਕੇ ਸਾਡੇ ਸੰਤ ਡਾਕਟਰ ਰਾਮ ਰਹੀਮ ਜੀ ਨੂੰ ਕੈਦ ਕਰਾ ਦਿੱਤੀ ਹੈ ਸਨੈਰੀਆ ਜੇਲ੍ਹ ਦੇ ਵਿੱਚ। ਜਦੋਂ ਅਸੀਂ ਰੋਲਾ ਪਾ ਰਹੇ ਹਾਂ ਕਿ ਸੁਖਪਾਲ ਸਿੰਘ ਸਰਾਂ ਵਿੱਚ ਹਾਜ਼ਰ ਹੈ, ਗਨਮੈਨ ਤੁਹਾਡਾ ਹੈ, ਤੁਸੀਂ ਅੱਜ ਤੱਕ ਗਨਮੈਨ ਦੀ ਸਟੇਟਮੈਂਟ ਰਿਕਾਰਡ ਕੀਤੀ? ਇਸ ਕਰਕੇ ਮੈਂ ਵੋਟਾਂ ਦੇ ਵਿੱਚ ਕੋਈ ਵੀ ਕੰਮ ਨਹੀਂ ਕਰ ਸਕਿਆ, ਪਰ ਆਪ ਜੀ ਨੇ ਫਿਰ ਵੀ ਇਹ ਦੋਨੇ ਕਾਂਗਰਸੀ ਅਤੇ ਅਕਾਲੀਆਂ ਨੂੰ ਢਾ ਕੇ ਵਾਹਿਗੁਰੂ ਇਹ ਮੈਨੂੰ ਵਡਿਆਈ ਬਖਸ਼ੀ ਹੈ। ਇਹ ਉਹੀ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਨੇ ਜਿਨ੍ਹਾਂ ਰਾਹੀਂ ਬਠਿੰਡਾ ਦੇ ਸੀਨੀਅਰ ਵਕੀਲ ਹਰਪਾਲ ਸਿੰਘ ਖਾਰਾ ਨੇ ਬੀਜੇਪੀ ਦੀ ਸਿੱਖਾਂ ਖਿਲਾਫ਼ ਵੱਡੀ ਸਾਜ਼ਿਸ਼ ਅਤੇ ਸਿੱਖ ਗੁਰੂ ਘਰਾਂ 'ਚ ਘੁਸਪੈਠ ਦੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਅਸਲ 'ਚ ਲੰਘੇ ਦਿਨਾਂ ਦੌਰਾਨ ਬਠਿੰਡਾ ਦੇ ਬੀੜ ਤਲਾਬ ਦੇ ਗੁਰੂ ਘਰ ਅਤੇ ਸਿੱਖ ਸੰਗਤਾਂ ਦੇ ਹਿਰਦੇ ਵਲੁੰਦਰੇ ਗਏ ਸਨ ਜਦੋਂ ਪਿੰਡ ਦੀ ਸਰਪੰਚਨੀ ਰਾਜਪਾਲ ਕੌਰ ਦਾ ਪਤੀ ਗੁਰਮੇਲ ਸਿੰਘ ਗੁਰਦੁਆਰੇ 'ਚ ਮਰਿਆਦਾ ਦੇ ਉਲਟ ਜਾ ਕੇ ਅਰਦਾਸ ਕਰਦਾ ਹੈ। ਗੁਰੂ ਘਰ 'ਚ ਖੜ ਕੇ ਗੁਰਮੀਤ ਰਾਮ ਰਹੀਮ ਦੀ ਰਿਹਾਈ, ਮੋਦੀ ਦੀ ਲੰਮੀ ਉਮਰ ਦੀ ਅਰਦਾਸ ਵੀਡੀਓ 'ਚ ਕਰਦਾ ਦਿਖਾਈ ਦਿੰਦਾ ਹੈ। ਪਰ ਬਠਿੰਡਾ ਦੇ ਸੀਨੀਅਰ ਵਕੀਲ ਐਡਵੋਕੇਟ ਹਰਪਾਲ ਖਾਰਾ ਨੇ ਪੂਰੇ ਮਾਮਲੇ 'ਚ ਪੁਲਿਸ ਅਤੇ ਬੀਜੇਪੀ ਦੇ ਆਗੂ ਸੁਖਪਾਲ ਸਿੰਘ ਸਰਾਂ ਤੇ ਵੱਡੇ ਇਲਜ਼ਾਮ ਲਗਾਏ ਨੇ। ਐਡਵੋਕੇਟ ਹਰਪਾਲ ਸਿੰਘ ਸਰਾਂ ਦੀ ਸ਼ਿਕਾਇਤ ਤੋਂ ਬਾਅਦ ਬੇਸ਼ੱਕ ਪੁਲਿਸ ਵੱਲੋਂ ਗੁਰਮੇਲ ਸਿੰਘ 'ਤੇ ਮਾਮਲਾ ਦਰਜ ਕਰ ਲਿਆ ਗਿਆ ਸੀ ਅਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ। ਪਰ ਪੂਰੇ ਮਾਮਲੇ 'ਚ ਢਿੱਲੀ ਕਾਰਵਾਈ ਤੋਂ ਹਰਪਾਲ ਸਿੰਘ ਸਰਾਂ ਖਾਸੇ ਨਾਰਾਜ਼ ਨੇ। ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਜਾਰੀ ਕਰਨ ਤੋਂ ਬਾਅਦ ਐਡਵੋਕੇਟ ਖਾਰਾ ਨੇ ਬਠਿੰਡਾ ਤੋਂ ਸਾਡੇ ਪੱਤਰਕਾਰ ਨਰੇਸ਼ ਸ਼ਰਮਾ ਨਾਲ ਖਾਸ ਗੱਲਬਾਤ ਕੀਤੀ ਅਤੇ ਵੱਡੇ ਇਲਜ਼ਾਮ ਲਗਾਏ। ਕੀਕਰ ਟੀਵੀ ਦੇਖਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਨਰੇਸ਼ ਸ਼ਰਮਾ। ਪਿਛਲੇ ਦਿਨੀ ਤੁਸੀਂ ਸੋਸ਼ਲ ਮੀਡੀਆ 'ਤੇ ਇੱਕ ਅਰਦਾਸ ਕਰਦਾ ਵਿਅਕਤੀ ਦੇਖਿਆ ਜਿਹਨੇ ਅਰਦਾਸ ਕੀਤੀ ਗਈ ਸੀ, ਵਿਵਾਦਿਤ ਅਰਦਾਸ ਸੀ, ਕਾਫੀ ਵਾਇਰਲ ਹੋਈ ਆ। ਅਤੇ ਸਾਡੇ ਨਾਲ ਹਰਪਾਲ ਸਿੰਘ ਖਹਿਰਾ ਜਿਨ੍ਹਾਂ ਨੇ ਐਪਲੀਕੇਸ਼ਨ ਦਿੱਤੀ ਹੈ, ਕੰਪਲੇਂਟ ਕੀਤੀ ਹੈ, ਅਤੇ ਇੱਕ ਨਵੀਂ ਵੀਡੀਓ ਹੁਣ ਸਾਹਮਣੇ ਆਈ ਹੈ। ਕੀ ਵੀਡੀਓ ਗੱਲਬਾਤ ਕਰਦੇ ਹਾਂ ਅਸੀਂ? ਸਤਿ ਸ਼੍ਰੀ ਅਕਾਲ ਜੀ। ਖਹਿਰਾ ਸਾਹਿਬ, ਕੀ ਕਹਿਣਾ ਚਾਹੋਗੇ ਜਿਹੜੀ ਹੁਣ ਨਵੀਂ ਵੀਡੀਓ ਆਈ ਹੈ, ਤੁਸੀਂ ਇੱਕ ਐਪਲੀਕੇਸ਼ਨ ਵੀ ਦਿੱਤੀ ਗਈ ਸੀ ਇਸ ਸ਼ਖਸ ਦੇ ਖਿਲਾਫ਼? ਨਵੀਂ ਵੀਡੀਓ ਇਹ ਹੈ ਜੀ, ਪਰਚਾ ਦਰਜ ਸਾਡੇ ਵੱਲੋਂ ਕਰਾਇਆ ਗਿਆ, ਮੇਰੇ ਵੱਲੋਂ ਕਰਾਇਆ ਗਿਆ ਸੀ। ਅਤੇ ਨਵੀਂ ਵੀਡੀਓ ਜਿਹੜੀ ਇੱਥੇ ਐਡਵੋਕੇਟ ਨੇ, ਜਿਨ੍ਹਾਂ ਨੇ ਮੈਨੂੰ ਐਡਵੋਕੇਟ ਨੇ ਵੀਡੀਓ ਦਿਖਾਈ ਕਿ ਆਹ ਦੇਖੋ ਪੰਜਾਬ ਪੁਲਿਸ ਦਾ ਕੀ ਹਾਲ ਹੈ, ਤਾਂ ਮੈਂ ਇਹਨਾਂ ਨੂੰ ਕਿਹਾ ਕਿ ਇਸ ਦੇ ਵਿੱਚ ਮੈਨੂੰ ਲੱਗਦਾ ਸ਼ਾਇਦ ਕੋਈ ਵਿਟਨੈਸ ਨਹੀਂ ਮਿਲਿਆ ਉਹਨਾਂ ਨੂੰ, ਜਾਂ ਸੋਰੀ ਉਹਨਾਂ ਨੂੰ ਕੋਈ ਮੇਰੇ ਦੇਖਣ 'ਚ ਉਹਨਾਂ ਨੂੰ ਮੁਲਜ਼ਮਾਂ ਦੇ ਖਿਲਾਫ਼ ਪੁਲਿਸ ਕੋਲ ਸਬੂਤ ਨਹੀਂ। ਤਾਂ ਉਹਨਾਂ ਨੇ ਮੈਨੂੰ ਦਿਖਾਇਆ ਕਿ ਜਿਹੜਾ ਮੁਲਜ਼ਮ ਇਹ 'ਚ ਸੁਖਪਾਲ ਸਿੰਘ ਸਰਾਂ ਹੈ, ਉਹ ਵਾਰਦਾਤ ਤੋਂ ਇੱਕ ਦਿਨ ਪਹਿਲਾਂ ਜਦੋਂ ਇਹ ਘਟਨਾ ਹੁੰਦੀ ਹੈ, ਉਹ ਆਪਦੇ ਗਨਮੈਨ ਨੂੰ ਲੈ ਕੇ ਮੁਲਜ਼ਮ ਟਰੈਕਟਰ ਲੈ ਕੇ ਉਹਦੇ ਘਰੇ ਜਾ ਰਿਹਾ ਹੈ। ਗਵਾਂਢ ਦੇ ਨਾਲ ਕੈਮਰੇ ਲੱਗੇ ਹੋਏ ਸੀ, ਉਹਨਾਂ ਨੂੰ ਪਤਾ ਨਹੀਂ ਸੀ ਦੋਸ਼ੀਆਂ ਨੂੰ, ਨਾ ਪੰਜਾਬ ਪੁਲਿਸ ਨੂੰ ਪਤਾ ਸੀ। ਜੇ ਪਤਾ ਹੁੰਦਾ ਤਾਂ ਕਰਮਾਂ ਵਾਲੇ ਪੱਟ ਕੇ ਲਏ ਆਉਂਦੇ ਕੈਮਰਾ ਹੈ, ਕਿਉਂਕਿ ਉਹਨਾਂ ਨੂੰ ਗੁਰੂ ਘਰ ਨਾਲ ਤਾਂ ਮਤਲਬ ਨਹੀਂ ਇਹਨਾਂ ਨੂੰ ਕੋਈ ਰਹਿ ਗਿਆ। ਤਾਂ ਉਸ ਬੰਦੇ ਨੂੰ ਮਿਲਣ ਆਉਂਦੇ ਨੇ, ਇਹ ਸਾਹ ਮਿਲਣ ਆਉਂਦਾ, ਗਨਮੈਨ ਗੱਲ ਕਰਦਾ ਉਸ ਨਾਲ। ਫਿਰ ਅਗਲੇ ਦਿਨ 5:50 ਦੇ ਟਾਈਮ ਆ ਰਿਹਾ, ਸੁਖਪਾਲ ਸਿੰਘ ਸਰਾਂ ਆਪਦੀ ਪਜੈਰੋ ਗੱਡੀ ਲੈ ਕੇ ਆਉਂਦਾ, ਨਾਲ ਉਹਦੇ ਗਨਮੈਨ ਹੈ, ਮੁਲਜ਼ਮ ਬਾਹਰ ਆਉਂਦਾ ਘਰ 'ਚੋਂ, ਉਹ ਮੋਟਰਸਾਈਕਲ 'ਤੇ ਚੜ੍ਹ ਕੇ ਗੁਰਦੁਆਰੇ ਸਾਹਿਬ ਵੱਲ ਚੱਲ ਪਏ ਨੇ, ਪਿੱਛੇ ਨਾਲ ਗੱਡੀ ਚੱਲ ਪਈ ਹੈ। ਅੱਗੇ ਜਾ ਕੇ ਉਹ ਅਰਦਾਸ ਹੁੰਦੀ ਹੈ। ਹੁਣ ਗੱਲ ਕੀ ਹੈ, ਇੱਥੇ ਇਹਨਾਂ ਨੇ ਇੱਕ ਭੁਚਾਲ ਲੈ ਆਉਂਦਾ ਕਿ ਜੀ ਇਸ ਦੇ ਵਿੱਚ ਜਿਹੜਾ ਮੁਲਜ਼ਮ ਗੁਰਮੇਲ ਸਿੰਘ ਹੈ ਤਾਂ ਉਹਨੂੰ ਸਾਊਂਡ ਮਾਇੰਡ ਹੈ, ਉਹਨੂੰ ਤਾਂ ਪਤਾ ਨਹੀਂ। ਪੰਜਾਬ ਪੁਲਿਸ ਮੈਨੂੰ ਖੁਦ ਕਹਿ ਰਹੀ ਹੈ ਜੀ ਅੰਦਰ ਥਾਣੇ ਦੇ ਵਿੱਚ ਉਹ ਤਾਂ ਕੰਧਾਂ ਨਾਲ ਪੱਟਦਾ ਸੀ, ਕੰਧਾਂ ਪੱਟਦਾ ਸੀ। ਇਹਦਾ ਮਤਲਬ ਹੋ ਗਿਆ ਕਿ ਪੰਜਾਬ ਪੁਲਿਸ ਆ ਵੀਡੀਓ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਪੰਜਾਬ ਬਠਿੰਡਾ ਪੁਲਿਸ ਖੁਦ ਜਿਹੜੀ ਆ ਉਹ ਬੇਅਦਬੀ ਕਰਾਉਣਾ ਚਾਹੁੰਦੀ ਸੀ। ਇਹਨਾਂ ਦੀ ਇਨਵੋਲਵਮੈਂਟ ਹੈ ਗੁਰਦੁਆਰੇ ਦੀ ਬੇਅਦਬੀ ਕਰਾਉਣ ਦੇ ਵਿੱਚ ਇਹਨਾਂ ਬੰਦਿਆਂ ਦੀ। ਕਾਰਨ ਕੀ ਹੈ, ਗੁਰਦੁਆਰੇ ਦਾ DVR ਚੱਕ ਕੇ ਲਏ ਨੇ, ਜੋ DVR ਚੱਕ ਕੇ ਲਏ 6 ਦਿਨ ਹੋ ਗਏ ਨੇ, ਕੀ ਕਾਰਵਾਈ ਕੀਤੀ? ਅੱਜ ਗੁਰੂ ਘਰ ਦੇ ਵਿੱਚ ਕੀ ਪ੍ਰੋਬਲਮ ਆਉਂਦੀ, ਜ਼ਿੰਮੇਵਾਰ ਕੌਣ ਹੋਊਗਾ? ਕਿ ਬਠਿੰਡੇ ਦਾ ਹੈੱਡ ਇੰਚਾਰਜ ਜ਼ਿੰਮੇਵਾਰ ਹੋਊਗਾ ਇਸਦਾ? ਉਸ ਤੋਂ ਬਾਅਦ ਜਿਹੜਾ ਗਨਮੈਨ ਆਉਂਦਾ ਹੈ, ਜਦੋਂ ਅਸੀਂ ਰੋਲਾ ਪਾ ਰਹੇ ਹਾਂ ਕਿ ਸੁਖਪਾਲ ਸਿੰਘ ਸਰਾਂ ਵਿੱਚ ਹਾਜ਼ਰ ਹੈ, ਗਨਮੈਨ ਤੁਹਾਡਾ ਹੈ, ਤੁਸੀਂ ਅੱਜ ਤੱਕ ਗਨਮੈਨ ਦੀ ਸਟੇਟਮੈਂਟ ਰਿਕਾਰਡ ਕੀਤੀ? ਗਨਮੈਨ ਮੁਲਜ਼ਮ ਨਹੀਂ, ਗਨਮੈਨ 'ਤੇ ਇੱਕ ਬਾਉਂਡ ਕੀਤਾ ਹੋਇਆ ਬੰਦਾ, ਪਰ ਗਨਮੈਨ ਦੀ ਐਵੀਡੈਂਸ ਜਿਹੜੀ ਹੈ ਬੈਸਟ ਐਵੀਡੈਂਸ ਮੰਨੀ ਜਾਊਗੀ, ਕਿਉਂਕਿ ਉਹਨੂੰ ਮੰਨਣਾ ਪਊਗਾ ਕਿ ਅਸੀਂ ਮੁਲਜ਼ਮ ਦੇ ਨਾਲ ਮੈਂ ਗਿਆ ਸੀ ਅਤੇ ਗੁਰਮੇਲ ਸਿੰਘ ਨੂੰ ਮਿਲ ਕੇ ਆਇਆ ਸੀ। ਸੋ ਇਹ ਕੇਸ ਪ੍ਰੂਵ ਹੋ ਚੁੱਕਾ ਹੈ, ਪਬਲਿਕ ਦੇ ਵਿੱਚ ਪ੍ਰੂਵ ਹੋ ਚੁੱਕਾ ਹੈ।
ਹੁਣ ਜਿਹੜਾ ਬਠਿੰਡਾ ਪ੍ਰਸ਼ਾਸਨ ਹੈ ਉਹ ਭਾਜਪਾ ਨਾਲ ਰਲਿਆ ਹੋਇਆ। ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰੂੰਗਾ ਕਿ ਜਿਵੇਂ ਅਕਾਲੀਆਂ ਨੇ ਆਪਦਾ ਨੁਕਸਾਨ ਕਰਾਇਆ ਸੀ, ਕਾਂਗਰਸ ਮੈਂ ਨਹੀਂ ਇਹਨਾਂ ਦੀ ਗੌਰਮੈਂਟ ਨੂੰ ਕਹੂੰਗਾ, ਇਹ ਬਠਿੰਡਾ ਜਿਹੜਾ ਹੈੱਡ ਹੈ ਇਹ ਤੁਹਾਡੀ ਸਰਕਾਰ ਦਾ ਬੇੜਾ ਗਰਕ ਕਰਕੇ ਰੱਖ ਦੂੰਗਾ। ਇਹ ਰਲਿਆ, ਇਹ ਪ੍ਰੇਮੀਆਂ ਨੂੰ ਬਚਾਉਣਾ ਚਾਹੁੰਦਾ, ਇਹ ਭਾਜਪਾ ਨੂੰ ਬਚਾਉਣਾ ਚਾਹੁੰਦਾ, ਇਹਨੂੰ ਗੁਰੂ ਘਰ ਨਾਲ ਕੋਈ ਮਤਲਬ ਨਹੀਂ। ਸੋ ਆਮ ਕਰਕੇ ਲੋਕ ਕਹਿੰਦੇ ਨੇ ਐਵੀਡੈਂਸ ਨਹੀਂ ਮਿਲਦੀ, ਓਏ ਹੁਣ ਤਾਂ ਮਦੇ ਹੀ ਅਸੀਂ ਐਵੀਡੈਂਸ ਹੀ ਆਪ ਲਏ ਆ ਯਾਰ, ਤੁਹਾਨੂੰ ਪੁੱਛਣ ਦੀ ਲੋੜ ਹੈ? ਇੱਕ ਵਾਰੀ ਇਹਨਾਂ ਨੇ ਮੈਨੂੰ ਹੀ ਕਿਤੇ ਬੁਲਾਇਆ, ਇੱਕ ਵਾਰ ਨਹੀਂ ਇਹਨਾਂ ਨੇ ਪੁੱਛਿਆ ਕਿ ਤੁਹਾਡੇ ਕੋਲ ਐਵੀਡੈਂਸ ਹੈਗੀ? ਨਾ, ਮਤਲਬ ਹੀ ਕੋਈ ਨਹੀਂ। ਕਾਰਨ ਕੀ? ਅਸੀਂ ਤਾਂ ਮੁਲਜ਼ਮ ਨੂੰ ਬਚਾਉਣਾ ਹੈ, ਅਸੀਂ ਤਾਂ ਚਰਨਜੀਤ ਸ਼ਰਮੇ ਵਾਲਾ ਰੋਲ ਅਦਾ ਕਰਨਾ ਜੋ ਫਰੀਦਕੋਟ ਬਹਿਬਲ ਕਲਾਂ ਹੋਇਆ ਹੈ ਜਾਂ ਕੋਟਕਪੂਰਾ ਕਾਂਡ ਹੋਇਆ ਹੈ, ਬਠਿੰਡਾ ਪੁਲਿਸ ਉਹੀ ਕਰਨਾ ਚਾਹੁੰਦੀ ਹੈ। ਹਰਪਾਲ ਸਿੰਘ ਜੀ, ਜਿਹੜੇ ਹੁਣ ਇਹਦੀ ਪੈਰਵਾਈ ਤੁਸੀਂ ਕਰ ਰਹੇ ਹੋ ਕੇਸ ਦੀ, ਇਹ ਹਾਂ ਪੈਰਵਾਈ ਮੈਂ ਕਰ ਰਿਹਾ, ਮੈਂ ਮਦਈ ਹਾਂ, ਮੇਰੇ ਨਾਲ ਐਡਵੋਕੇਟ ਹੈ, ਉਹ ਅਸੀਂ ਸਾਰੇ ਇਕੱਠੇ ਹੀ ਹਾਂ ਜੀ। ਅਰਦਾਸ ਦੇ ਵਿੱਚ ਉਹਨੇ ਮੋਦੀ ਅਤੇ ਅਮਿਤ ਸ਼ਾਹ ਬਾਰੇ ਅਰਦਾਸ ਕੀਤੀ ਗਈ ਸੀ, ਅਤੇ ਇਹਦੇ ਵਿੱਚ ਸਰਸਾ ਸੌਦਾ ਜਿਹੜਾ ਸਾਧ ਆ ਉਹਦੇ ਵਾਸਤੇ ਵੀ ਇਹਨਾਂ ਨੇ? ਨਹੀਂ ਦੇਖੋ, ਮੋਦੀ ਬਾਰੇ ਜਾਂ ਹੋਰ ਕਿਸੇ ਬਾਰੇ ਅਰਦਾਸ ਕਰਨ ਦਾ ਸਾਡਾ ਕੋਈ ਮਤਲਬ ਨਹੀਂ, ਨਾ ਅਸੀਂ ਕਿਸੇ ਦੇ ਵੈਰੀ ਹਾਂ। ਮੋਟੀ ਜੀ ਗੱਲ ਹੈ, ਨਾ ਹੀ ਅਸੀਂ ਦਲਿਤ ਭਾਈਚਾਰੇ ਦੇ ਉਲਟਾ, ਕਿ 295 ਏ ਦੇ ਵਿੱਚ ਸਭ ਤੋਂ ਪਹਿਲਾਂ ਇਸ ਸਾਲ ਇੱਕ ਬੰਦਾ ਖੱਤਰੀ ਬੰਦਾ ਜਿਹਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਗਾਲਾਂ ਕੱਢੀਆਂ ਸੀ, ਬਠਿੰਡੇ ਪਰਚਾ ਦਰਜ ਹੋਇਆ। ਦੂਜਾ ਹੈ ਸੁਖਪਾਲ ਸਰਾਏ ਜਿਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਫਰਨਾਮੇ ਨੂੰ ਕੰਪੇਅਰ ਕੀਤਾ, ਉਹਦੀ ਕਾਸਟ ਹੋਰ ਹੈ। ਤੀਜਾ ਇਹ ਪਾਠੀ ਸਿੰਘ ਹੈ। ਕਹਿਣ ਦਾ ਮੇਰਾ ਮਤਲਬ ਹੈ, ਕਿਸੇ ਵੀ ਜਾਤ ਦਾ ਕਿਸੇ ਵੀ ਧਰਮ ਦਾ ਹੋਵੇ, ਜੇ ਉਹ ਗੁਰੂ ਗ੍ਰੰਥ ਸਾਹਿਬ ਦੇ ਉਲਟ ਬੋਲਦਾ ਜਾਂ ਦਸਾਂ ਗੁਰੂਆਂ ਦੇ ਉਲਟ ਬੋਲਦਾ ਹੈ ਤਾਂ ਅਸੀਂ ਉਹਦੇ ਖਿਲਾਫ਼ ਐਪਲੀਕੇਸ਼ਨ ਦੇਣੀ ਹੀ ਦੇਣੀ। ਇਹਨਾਂ ਨੇ ਇੱਕ ਦਿਨ ਉਸ ਤੋਂ ਬਾਅਦ ਕਾਨਫਰੰਸ ਵੀ ਕੀਤੀ ਗਈ ਹੈ, ਕਹਿੰਦੇ ਜੀ ਅਰਦਾਸ ਕਰ ਸਕਦਾ ਬੰਦਾ। ਮੈਂ ਅੱਗੇ ਵੀ ਕਹਿ ਚੁੱਕਾ, ਬਹੁਤ ਚੈਨਲਾਂ 'ਤੇ ਕਹਿ ਚੁੱਕਾ ਕਿ ਯਾਰ ਜਿਹੜਾ ਔਰੰਗਜ਼ੇਬ ਦੀ ਅਰਦਾਸ ਕਿਵੇਂ ਕਰਾਉਂਗੇ ਯਾਰ, ਮਹਿਮੂਦ ਗਜ਼ਨਵੀ ਦੀ ਭਾਜਪਾ ਵਾਲਿਓ ਕਿਵੇਂ ਪ੍ਰੇਅਰ ਕਰੋਗੇ ਮੰਦਰ ਦੇ ਵਿੱਚ ਜਾ ਕੇ? ਉਹ ਜਿਨ੍ਹਾਂ ਨੇ ਗੁਰਦੁਆਰੇ ਢਾਏ, ਜਿਨ੍ਹਾਂ ਨੇ ਮੰਦਰ ਢਾਏ ਯਾਰ, ਉਹਨਾਂ ਦੀ ਅਰਦਾਸਾਂ ਕਰਾਵਾਂਗੇ ਆਪਾਂ ਹੁਣ ਯਾਰ? ਜਿਵੇਂ ਪੁਲਿਸ ਕਹਿ ਰਹੀ ਹੈ ਮੈਂਟਲੀ ਅਪਸੈਟ ਆ, ਤੁਸੀਂ ਮੰਨਦੇ ਹੋ? ਮੈਂਟਲੀ ਕੋਈ ਅਪਸੈਟ ਨਹੀਂ, ਜੋ ਵੀਡੀਓ ਦੇਖੋਗੇ ਮੈਂਟਲੀ ਅਪਸੈਟ ਨਹੀਂ, ਪੁਲਿਸ ਉਹਨੂੰ ਬਣਾ ਰਹੀ ਹੈ, ਪੁਲਿਸ ਰਲ ਚੁੱਕੀ ਹੈ ਬਠਿੰਡਾ ਪੁਲਿਸ ਮੁਲਜ਼ਮ ਦੇ ਨਾਲ। ਸੋ ਮੈਂ ਕਹੂੰਗਾ ਇਹਨੂੰ, ਪ੍ਰਸ਼ਾਸਨ ਨੂੰ ਅਜੇ ਵੀ ਡੁੱਲੇ ਬੇਰੇ ਦਾ ਕੁਛ ਨਹੀਂ ਵਿਗੜਿਆ, ਜਿਹੜਾ ਬਹਿਬਲ ਕਲਾਂ ਕਾਂਡ ਹੋਇਆ ਜੀ, ਅਗਰ ਤੁਸੀਂ ਇਹ ਕੰਮ ਕੀਤਾ ਇੱਥੇ ਕੱਲ੍ਹ ਨੂੰ ਵੱਡੀ ਘਟਨਾ ਹੋ ਗਈ, ਬਠਿੰਡੇ ਦਾ ਜਿਹੜਾ ਇੰਚਾਰਜ ਹੈ ਪੰਜਾਬ ਪੁਲਿਸ ਦਾ ਉਹ ਇਹਦਾ ਜ਼ਿੰਮੇਵਾਰ ਹੋਊਗਾ, ਅਤੇ ਉਹ ਵੀ ਜਿਹੜਾ ਬਹਿਬਲ ਕਲਾਂ ਆਗੂ ਮੁੜ ਕੇ ਉਸੇ ਜੀ ਤੁਰਿਆ ਫਿਰੂਗਾ। ਦੇਖੋ ਅਸੀਂ ਪਹਿਲੀ ਗੱਲ ਤਾਂ ਸਰਕਾਰ ਨੂੰ ਅੱਜ ਬੇਨਤੀ ਕਰ ਰਹੇ ਹਾਂ ਕਿ ਜਿਹੜੀ ਪੰਜਾਬ ਦੀ ਗੌਰਮੈਂਟ ਹੈ ਹਾਲਾਤ ਨੂੰ ਸਮਝੇ, ਇੱਥੋਂ ਦੀ ਪੰਜਾਬ ਪੁਲਿਸ ਤੋਂ ਇਹ ਕਾਰਵਾਈ ਅਲੱਗ ਕਰੇ, ਕਿਸੇ ਹੋਰ ਅਫੀਸਰ ਨੂੰ ਦੇਵੇ, ਕਿ ਉਹ ਰਲੇ ਹੋਏ ਨੇ ਸਾਰੇ, ਇਹਨਾਂ ਦੇ ਰਲਣ ਦਾ ਕਾਰਨ ਜਿਹੜਾ ਫੁਟੇਜ ਮਿਲ ਚੁੱਕੀਆਂ ਨੇ। ਸੋ ਪ੍ਰਸ਼ਾਸਨ ਜਿਹੜਾ ਬਠਿੰਡੇ ਦਾ ਨਹੀਂ ਸਲਪ ਕਰ ਰਿਹਾ, ਸੇਮ ਫਰੀਦਕੋਟ ਵਾਲਾ ਕੰਮ ਕਰ ਰਿਹਾ। ਸੋ ਪੰਜਾਬ ਸਰਕਾਰ ਲਈ ਬੜੀ ਨੁਕਸਾਨਦੇਹ ਹੋਊਗੀ ਜੇ ਇਹ ਪੁਲਿਸ ਵਾਲੇ ਇੱਥੇ ਰਹਿ ਗਏ ਤਾਂ। ਸੋ ਮੈਂ ਬੇਨਤੀ ਕਰੂੰਗਾ ਇਹਨਾਂ ਦੇ ਖਿਲਾਫ਼, ਪੁਲਿਸ ਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇ, ਪੁਲਿਸ ਨਾਲ ਰਲੀ ਹੋਈ ਹੈ, ਪੁਲਿਸ ਕਾਰਵਾਈ ਨਹੀਂ ਕਰ ਰਹੀ, 7 ਦਿਨ 6 ਦਿਨ ਹੋ ਚੁੱਕੇ ਨੇ ਯਾਰ। ਗੁਰੂ ਗ੍ਰੰਥ ਸਾਹਿਬ ਦੀ ਘਟਨਾ, ਗੁਰੂ ਗੁਰਦੁਆਰੇ ਦੀ ਘਟਨਾ ਹੋਵੇ ਤਾਂ ਤੁਹਾਨੂੰ ਇੰਨਾ ਪਤਾ ਨਹੀਂ ਲੱਗਿਆ ਯਾਰ ਕਿਸੇ ਚੀਜ਼ ਦਾ? ਬਿਲਕੁਲ ਜੀ, ਹਰਪਾਲ ਸਿੰਘ ਖਹਿਰਾ ਨੇ ਕਾਰਵਾਈ ਦੀ ਮੰਗ ਕੀਤੀ ਹੈ, ਜਿਹੜੀ ਵੀਡੀਓ ਆਈ ਹੈ ਉਸ ਤੋਂ ਬਾਅਦ ਇਹ ਹੋਰ ਵੀ ਖਬਰ ਜਿਹੜੀ ਗਰਮ ਹੋ ਗਈ। ਮੈਨਰੇ ਸ਼ਰਮਾ, ਹਕੀਕਤ ਟੀਵੀ, ਬਠਿੰਡਾ।